ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪ੍ਰੇਮ ਸਿੰਘ ਸਿੱਧੂ, ਪੰਜਾਬੀ ਫਿਲਮ ਡਾਇਰੈਕਟਰ। ਦੋਸਤੋ, 25 ਤਰੀਕ ਨੂੰ ਇੱਕ ਫਿਲਮ ਰਿਲੀਜ਼ ਹੋ ਰਹੀ ਹੈ ਜਿਸ ਦਾ ਨਾਮ ਹੈ ਸਾਡੀ ਮਰਜ਼ੀ। ਇਸ ਫਿਲਮ ਨੂੰ ਡਾਇਰੈਕਟ ਕੀਤਾ ਅਜੇ ਚੰਡੋਕ ਜੀ ਨੇ, ਅਤੇ ਇਸ ਫਿਲਮ ਦੇ ਵਿੱਚ ਸਾਡੇ ਸਭ ਦੇ ਫੇਵਰਟ, ਬਹੁਤ ਹੀ ਰਿਸਪੈਕਟਡ ਸ਼ਖਸੀਅਤ ਅਤੇ ਬਹੁਤ ਹੀ ਐਨਰਜੈਟਿਕ ਕਲਾਕਾਰ ਯੋਗਰਾਜ ਸਰ ਬਹੁਤ ਹੀ ਅਹਿਮ ਭੂਮਿਕਾ ਦੇ ਵਿੱਚ ਨੇ। ਇਹ ਫਿਲਮ ਮੇਰੇ ਲਈ, ਸਾਡੇ ਸਭ ਲਈ ਅਤੇ ਪੰਜਾਬੀ ਸਿਨੇਮੇ ਲਈ ਬਹੁਤ ਜ਼ਿਆਦਾ ਸਪੈਸ਼ਲ ਹੈ। ਉਹਦੇ ਸਪੈਸ਼ਲ ਹੋਣ ਦਾ ਕਾਰਨ ਇਹ ਹੈ ਕਿ ਇਸ ਫਿਲਮ ਦੇ ਰਾਹੀਂ ਮੈਡਮ ਨੀਨਾ ਬੁੰਧੇਲ ਜੀ, ਜੋ ਕਿ ਯੋਗਰਾਜ ਸਰ ਦੇ ਵਾਈਫ ਨੇ, ਜਿਨ੍ਹਾਂ ਨੂੰ ਅਸੀਂ ਬਚਪਨ ਦੇ ਵਿੱਚ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਬਤੌਰ ਹੀਰੋਇਨ ਵੱਡੇ ਪਰਦੇ ਦੇ ਉੱਪਰ ਦੇਖਦੇ ਰਹੇ ਹਾਂ, ਉਹ ਆਪਣਾ ਕਮਬੈਕ ਕਰ ਰਹੇ ਨੇ ਇਸ ਫਿਲਮ ਦੇ ਲਈ। ਸੋ ਇਸ ਗੱਲ ਦੇ ਲਈ ਫਿਲਮ ਦੇ ਡਾਇਰੈਕਟਰ ਅਜੇ ਚੰਡੋਕ ਜੀ ਵਧਾਈ ਅਤੇ ਧੰਨਵਾਦ ਦੇ ਪਾਤਰ ਨੇ ਕਿ ਉਹ ਮੈਡਮ ਨੂੰ ਦੁਬਾਰਾ ਫਿਰ ਸੁਨਹਿਰੀ ਪਰਦੇ 'ਤੇ ਲੈ ਕੇ ਆਏ, ਜਿਸ ਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਸਿਨੇਮੇ ਨੂੰ ਬਹੁਤ ਵੱਡਾ ਫਾਇਦਾ ਹੋਣ ਵਾਲਾ। ਸੋ ਦੋਸਤੋ, ਯੋਗਰਾਜ ਸਰ ਅਤੇ ਮੈਡਮ ਨੀਨਾ ਬੁੰਧੇਲ ਜੀ ਦੀ ਜੋੜੀ ਨੂੰ ਇੱਕੋ ਫਿਲਮ ਦੇ ਵਿੱਚ ਇੱਕੋ ਪਰਦੇ 'ਤੇ ਇੰਨੇ ਸਾਲਾਂ ਬਾਅਦ ਇਕੱਠਿਆਂ ਦੇਖਣ ਵਾਸਤੇ ਆਪੋ ਆਪਣੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ 25 ਤਰੀਕ ਨੂੰ ਹੁੰਮ ਹਵਾ ਕੇ ਪਹੁੰਚੋ। ਮੈਂ ਤਾਂ ਇਹਨਾਂ ਦੀ ਜੋੜੀ ਨੂੰ ਦੇਖਣ ਦੇ ਲਈ ਬਹੁਤ ਜ਼ਿਆਦਾ